ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ ਅਸਲਾਮ ਅਲੈਕੁਮ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਵਲੌਗ ਦਾ ਆਗਾਜ਼ ਕਰਨੇ ਦੋਸਤੋ ਪਾਕ ਪਤਨ ਦੇ ਇਲਾਕੇ ਮਲਕਾ ਹਾਂਸ ਦੇ ਵਿੱਚ ਮੌਜੂਦ ਹੈ ਜੀ, ਅਤੇ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ। 9 ਲੱਖ ਦੀ ਹਿਸਟਰੀ ਜਿਵੇਂ ਕਿ ਤੁਹਾਨੂੰ ਪਿਛਲੀ ਵਲੌਗ ਦੇ ਵਿੱਚ ਹਾਸ਼ਮ ਅਲੀ ਬਾਈ ਦੇ ਜ਼ੁਬਾਨੀ ਤੁਹਾਨੂੰ ਸੁਣਾਈ ਹੈ, ਅਤੇ ਹੁਣ ਅਸੀਂ ਆ ਗਏ ਜੀ ਬਿੱਲਾ ਟਾਇਰਾਂ ਵਾਲੇ ਕੋਲ। ਦੋਸਤੋ, ਬਿੱਲਾ ਟਾਇਰਾਂ ਵਾਲਿਆਂ ਦਾ ਬਹੁਤ ਜ਼ਿਆਦਾ ਨਾਮ ਸੁਣਿਆ, ਤੁਸੀਂ ਵੀ ਜਾਣਦੇ ਹੋਵੋਗੇ। ਇਹ ਦੁਕਾਨ ਹੈ ਜੀ ਉਹਦੀ ਟਾਇਰਾਂ ਦੀ, 9 ਲੱਖ ਦੇ ਬਾਰੇ ਵੀ ਪੁੱਛਿਆ ਜਾਵੇਗਾ। ਰਾਮ ਬਾਈ ਦੇ ਨਾਲ ਜੀ ਬਿੱਲਾ ਟਾਇਰਾਂ ਵਾਲਾ ਪੂਰੀ ਦੁਨੀਆ ਨੂੰ ਜਾਣਦੀ ਜੇ, ਪੂਰੀ ਦੁਨੀਆ ਨੂੰ ਮੁਹੱਬਤ ਹੈ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ, ਕੀ ਹਾਲ ਨੇ ਪਿਆਰੇ ਬਾਈ? ਅੱਲਾਹ ਪਾਕ ਦਾ ਸ਼ੁਕਰ ਹੈ ਜੀ, ਸੋਹਣਾ ਰੱਬ ਦਾ। ਅਸਲਾਮ ਅਲੈਕੁਮ। ਸ਼ੁਕਰੀਆ ਨਾਮ ਬਾਈ, ਕਿਹੜਾ ਤੁਸੀਂ ਸਾਨੂੰ ਮਹਿਮਾਨ ਬਣਾਈ ਜਾਂਦਾ ਜੀ, ਅਸੀਂ ਬੱਚੇ ਦੀ ਗੱਲ ਕਰ ਲਾ, ਬੱਚਾ ਬਣਾ ਨਾ। ਕਿੰਨੀ ਉਮਰ ਦਾ ਬੱਚਾ ਜੀ? ਇਹ ਜੀ ਅੱਜ 2 ਮਹੀਨੇ 11 ਦਿਨ ਦਾ ਹੀ ਆ ਬੱਚਾ। ਇਹ ਮੇਰੇ ਖਾਇਆ ਸੀ ਕਿਸੇ ਬੰਦੇ ਨੂੰ, ਜੋੜਾ ਹੀ ਪਕੜ ਵੇਖ ਲਿਆ ਤੂੰ। 2 ਮਹੀਨੇ 11 ਦਿਨ ਦਾ ਯਾਰ, ਸ਼ੌਕ ਵੀ ਕੀਤਾ ਤੇ ਕਿਸੇ ਦੇ ਥਰੂ ਨਹੀਂ ਕੀਤਾ, ਆਪਣਾ ਡਰੈਕਟ ਕੀਤਾ। ਇਹਦੇ ਸ਼ੱਕ ਵਾਲੀ ਗੱਲ ਵੀ ਕੋਈ ਨਹੀਂ, ਆਪਾਂ ਕਿਸੇ ਸ਼ਿਕਾਰੀ ਤੋਂ ਡਰੇ ਵੀ ਨਹੀਂ ਅੱਜ ਤੱਕ। ਹਰ ਸ਼ਿਕਾਰੀ ਦਾ ਸਾਹਮਣਾ ਕੀਤਾ, ਖਾਨ ਸਾਹਿਬ ਦਾ ਸਾਹਮਣਾ ਵੀ ਕਰਾਚੀ ਜਾ ਕੀਤਾ ਸੀ ਮੈਂ, ਔਰ ਮੈਚ ਜਿੱਤਿਆ ਸੀ। ਇਹ ਕਦੇ ਖਾਨ ਸਾਹਿਬ ਨਾਲ ਇਤਫਾਕ ਹੋਵੇ, ਉਹਨੇ ਪੁੱਛ ਲਿਆ ਜੀ ਮੈਚ ਮੈਂ ਉੱਥੇ ਇਨਸ਼ਾਅੱਲਾ 0 ਤੇ ਜਿੱਤ ਗਿਆ ਸੀ। ਬਾਕੀ ਰਹਿ ਗਿਆ 9 ਲੱਖਾਂ ਕੁੱਤਾ ਸੀ ਜਿਹੜਾ, ਉਹ ਮੇਰੇ ਕੋਲ ਇੱਕ ਕੁੱਤਾ ਸੀ ਰਾਂਧੂ ਦੇ ਕੁੱਤੇ ਦਾ ਬੱਚਾ, ਉਹਦੀ ਮਾਂ ਸੀ ਸੋਨੀਆ ਕੁੱਤੀ, ਅਹਿਮਦ ਲਿਆਉਣਾ ਬੁਰੇ ਵਾਲੀ, ਉਹ ਕੁੱਤੀ ਦਾ ਕੁੱਤਾ ਸੀ ਮੇਰਾ ਨੀਅਖਤਰ ਵਾਲਾ ਜਿਹੜਾ ਹਸਨ ਦੇ ਨਾਂ ਤੇ ਰਹਿੰਦਾ ਹੁੰਦਾ ਸੀ। ਉਹ ਫੇਰੇ ਉਹਦੇ 'ਚ ਸ਼ਾਕਾ ਕੁੱਤਾ ਮੇਰੇ ਇੱਕ ਦੋਸਤ ਨੇ ਇੱਥੇ ਬੈਠੇ ਖਬੇਰੇ, ਉਹਨਾਂ ਨੂੰ ਮਗੂਲਰ ਲੈ ਕੇ ਦੇ ਦਿੱਤਾ, ਉਹਨਾਂ ਸਾਂਭਿਆ, ਉਹਨਾਂ ਕੋਲੋਂ ਨਾਂ ਲਿਖਿਆ ਸ਼ਾਕਾ ਕੁੱਤਾ ਦਾ। ਤੂੰ ਜਦੋਂ ਅੱਡੇ ਤੇ ਸੀ ਹਾਂ ਬਿਲਕੁਲ, ਉਹਨਾਂ ਕੋਲੋਂ ਨਾਂ ਲੜਿਆ, ਉਹਨਾਂ ਮੈਨੂੰ ਕਿਹਾ ਜੀ ਅਸੀਂ ਇਹ ਕਿਸਮ ਦਾ ਸਰਵੀਸ ਦੇ ਦਿੰਦੇ। ਮੈਂ ਕਿਹਾ ਯਾਰ ਇਹ ਰੱਖਣ ਵਾਲੀ ਚੀਜ਼ ਦੇ, ਉਹਦੀ ਵਜ੍ਹਾ ਕਿ ਇਹਦੇ ਤੋਂ ਅਗਾਂਹ ਨਸਲ ਬਣਾ ਸਕਦੇ ਹਾਂ। ਹਾਂਜੀ ਤੁਸੀਂ, ਮੈਂ ਕਿਹਾ ਮੇਰੇ ਕੋਲ ਨਹਿਰੂ ਖੜਾ ਲੈ ਜਾਓ ਤੇ ਇਹ ਮੈਨੂੰ ਦੇ ਜਾਓ। ਉਹਨਾਂ ਕਿਹਾ ਠੀਕ ਹੈ ਜੀ। ਉਹ ਨਹਿਰੂ ਲੈ ਗਏ, ਇਹ ਸ਼ਾਕਾ ਮੈਂ ਲੈ ਆਉਂਦਾ। ਮੈਂ ਇਹਨੂੰ ਨਾ ਇੱਕ ਸਾਲ ਤੱਕ ਲੜਾਇਆ ਹੀ ਨਹੀਂ, ਸਾਲ ਬਾਅਦ ਇਹ ਟੋਇਆ ਜੱਗੂ ਕਿਆਲਾ, ਇੱਥੇ ਮੈਂ ਮੈਚ ਬਣਾ ਲਿਆ ਮੀ ਅਖਤਰ ਨੂੰ। ਮੈਂ ਕਿਹਾ ਕੁੱਤਾ ਚੰਗਾ ਲਿਆਉਣਾ ਹੈ, ਜਿਹੜੇ ਇਹਦੇ ਨਾਲ ਮਤਲਬ ਇਹਨੂੰ ਮਾਰੇ ਤੇਲੀ ਬੈਠੇ ਸਰਦੂਲ ਦੇ ਵਿੱਚ, ਅੱਜ ਵੀ ਸ਼ੌਕ ਰੱਖ। ਹਾਂਜੀ ਉਹਨਾਂ ਤੇਲੀਆਂ ਵਾਲੇ ਕਾਲੇ ਕੁੱਤੇ ਨਾਲ ਮੈਨੂੰ ਸ਼ਾਕੇ ਨੂੰ ਲਾਇਆ, ਅਸੀਂ ਇਹਨਾਂ ਨੂੰ ਲੜਾਇਆ ਤਕਰੀਬਨ 18 ਮਿੰਟ 18-19 ਮਿੰਟ। ਉਸ ਟਾਈਮ ਦੇ ਵਿੱਚ ਕੁੱਤਾ ਜਿਹੜਾ ਸੀ ਤੇਲੀਆਂ ਵਾਲਾ ਕੋਈ ਘਟਣ ਲੱਗ ਗਿਆ, ਮੀ ਅਖਤਰ ਮੈਨੂੰ ਆਖਣ ਲੱਗਾ ਫੜ ਲਿਆ, ਮੈਂ ਫੜ ਲਿਆ। ਉਸ ਤੋਂ ਬਾਅਦ ਮੇਰਾ ਉਹ ਸ਼ਾਕਾ ਅੱਲਾ ਪਾਕ ਦੇ ਮਿਹਰਬਾਨੀ ਨਾਲ ਕਿਸੇ ਜਗ੍ਹਾ 'ਤੇ ਉਹਨੇ ਮੈਨੂੰ ਕੰਢ ਨਹੀਂ ਵਿਖਾਈ ਕਿ ਵੀ ਮਤਲਬ ਮੈਂ ਤੈਨੂੰ ਇਹ ਹਥਿਆਰ ਵਿਖਾਉਂਦਾ ਪਿਆ। ਅਸੀਂ ਚਲੇ ਗਏ ਪੈਂਸਰੇ, ਮੇਰਾ ਇੱਕ ਦੋਸਤ ਜਵੇਦ ਬੋਦਲਾ, ਉਹ ਮੈਨੂੰ ਆਖਣ ਲੱਗਿਆ ਵੀ ਕੁੱਤਾ ਅੱਜ ਮੈਂ ਲੈਣਾ। ਮੈਂ ਕਿਹਾ ਠੀਕ ਹੈ। ਪਹਿਲੀ ਗੱਲ ਤਾਂ ਮੈਂ ਕੁੱਤਾ ਵਾਲਾ ਬੰਦਾ ਦਿੰਦਾ ਹੀ ਨਹੀਂ ਸਾਂ। ਸ਼ਬੀਰ ਅਤੇ ਜਵੇਦ ਰਾਤ ਨੂੰ ਆ ਕੇ ਨਾ ਮੈਨੂੰ ਆਖਿਆ ਵੀ ਯਾਰ ਆਪਾਂ ਕੁੱਤਾ ਲਾਜ਼ਮੀ ਦੇਣਾ, ਬੇਸ਼ੱਕ ਕਰ ਜਾਵੇ। ਮੈਂ ਕਿਹਾ ਯਾਰ ਜਵੇਦ ਕੁੱਤੇ 'ਚ ਥੋੜ੍ਹਾ ਜਿਹਾ ਰੌਲਾ ਹੈ, ਉਹ ਕੁੱਤਾ ਤਿਆਰ ਹੈ ਲੇਕਿਨ ਯਾਰ ਕੁੱਤੇ 'ਚ ਥੋੜ੍ਹਾ ਜਿਹਾ ਰੌਲਾ ਹੈ, ਉਹਦੇ ਮਾੜਾ ਜਿਹਾ ਜ਼ਖਮ ਸੀ। ਉਹ ਮੈਨੂੰ ਆਖਣ ਲੱਗਿਆ ਯਾਰ ਕੁੱਤਾ ਦੇਣਾ ਭਾਵੇਂ ਆ ਜਾਵੇ। ਮੈਂ ਕਿਹਾ ਠੀਕ ਹੈ ਜੀ। ਅਸੀਂ ਚਲੇ ਗਏ ਪੈਂਸਰ, ਚਲੇ ਗਏ ਮਾਸਟਿਕ ਦਾ ਮੈਚ ਹੋਵੇ।
ਸੁਬਾਹ 9 ਵਜੇ ਪਹਿਲਾ ਜ਼ੋਰ ਲੱਗਣਾ ਹੋਵੇ, ਜਵੇਰ ਮੈਨੂੰ ਆਖਣ ਲੱਗਾ ਵੀ ਬੰਦ ਕਰ ਦੇ ਬੰਦ ਕਰ ਦੇ ਚੱਲ ਸੁਣ। ਹਾਂਜੀ ਬੱਟੀ ਸਾਹਿਬ ਥੋੜ੍ਹੀ ਦੇਰ ਠਹਿਰ ਕੇ ਕਾਲ ਕਰੇ। ਉਹ ਜੀ ਪਹਿਲਾ ਜੋੜ ਜੱਪਿਆਂ ਵਾਲਾ ਕੁੱਤਾ ਨਿਕਲਿਆ, ਕੋਈ ਬੰਦਾ ਕੁੱਤਾ ਨਾ ਲਾਵੇ। ਮੈਂ ਲਾਣੇ ਜਾ ਤਹਿਸੀਲਦਾਰ ਨੂੰ ਆਖਿਆ, ਮੈਂ ਲਾਣਾ ਸਾਹਿਬ ਤੁਹਾਡੇ ਇਲਾਕੇ 'ਚ ਕੁੱਤਾ ਆਇਆ ਖੜਾ, ਤੁਸੀਂ ਕੁੱਤਾ ਨਹੀਂ ਲਾਉਂਦੇ ਪਏ ਜੀ? ਉਹਨੇ ਕਿਹਾ ਬਈ ਮੈਂ ਨਹੀਂ ਲਾਉਂਦਾ, ਸਾਡੇ ਕੋਲ ਜੋੜ ਹੀ ਨਹੀਂ। ਉਹ ਮਾਸਟਰ ਮੇਰੇ ਕੋਲ ਆਇਆ, ਮੈਨੂੰ ਆਖਣ ਲੱਗਾ ਬਾਈ ਤੇਰਾ ਕੀ ਸਲਾਹ? ਮੈਂ ਕਿਹਾ ਯਾਰ ਸਾਨੂੰ ਤੂੰ ਸੱਦਿਆ ਭਾਵੇਂ ਸੇਲ ਦੇ ਗੱਲ ਪਾ, ਸਾਨੂੰ ਥੋੜ੍ਹਾ ਹੀ ਕੋਈ। ਅਸੀਂ ਛਾਕਾ ਲਾ ਤਾ, ਜਵੇਦ ਲੜਾਉਂਦਾ ਪਿਆ ਸੀ, ਲੇਕਿਨ ਜਵੇਦ ਦੀ ਉਹ ਗੱਲ ਕੁੱਤੇ ਨੇ ਨਾ ਮੰਨੀ। ਮੈਂ ਕਿਹਾ ਜਵੇਦ ਬੁਰਾ ਨਾ ਮਨਾਵੇ, ਮੈਂ ਲੜਾਉਣਾ। ਮੈਨੂੰ ਆਖਿਆ ਤੂੰ ਲੜਾ। ਮੈਂ ਕੁੱਤੇ ਨੇ ਜਾ ਕੇ ਆਖਿਆ, ਮੈਂ ਕਿਹਾ ਪੁੱਤਰਾ ਬੱਦੀ ਹਲੇ ਹਲੇ ਜਾਏ ਖਾਣੀ, ਗਰੇ ਜਾਣ ਜੋਗਾ ਕਰ ਲਏ। ਅੱਲਾ ਪਾਕ ਦੀ ਮਿਹਰਬਾਨੀ, ਰਾਂਝਾ ਮਾਰਿਆ ਕੁੱਤੇ ਨੂੰ, ਸੱਟਿਆ ਕੁੱਤਾ ਗੋਰਿਆ। ਮੈਂ ਕਿਹਾ ਵੀ ਮੈਂ ਕੁੱਤਾ ਫੜ ਲਾਂਗਾ ਹੁਣ ਗੋਰਿਆ। ਉਹਨਾਂ ਦੇ ਮੁਲਾਜ਼ਮ ਲੜਾਉਂਦਾ ਪਿਆ ਸੀ, ਮੈਨੂੰ ਆਖਣ ਲੱਗੇ ਇੱਕ ਮਸਲੀਆਂ ਤਾਂ ਨਹੀਂ, ਜੱਪਿਆਂ ਦਾ ਕੁੱਤਾ ਅਤੇ ਜੱਪੇ ਜੰਗ ਦੇ ਐਮ ਪੀ ਏ ਨੇ ਜੀ। ਮੈਂ ਕਿਹਾ ਯਾਰ ਮੈਦਾਨ ਦੇ ਵਿੱਚ ਕੋਈ ਐਮ ਪੀ ਏ ਕੋਈ ਐਮ ਐਨ ਏ ਕੋਈ ਵੀ ਹੈ ਨਾ, ਜਾਂ ਕੋਈ ਚੌਧਰੀ, ਉਹ ਇੱਕੋ ਜਿਹੇ। ਅਤੇ ਮੈਂ ਕਿਹਾ ਆ ਜਾ ਬਾਹਰ ਚੱਲ, ਮੈਂ ਬਾਂਹ ਫੜ ਲਈ। ਮੈਂ ਕਿਹਾ ਆਪੇ ਕੁੱਤੇ ਫੈਸਲਾ ਸਾਲਸਾ ਨੂੰ, ਮੈਂ ਕਿਹਾ ਚੌਧਰੀ ਆਪਣਾ ਫੈਸਲਾਬਾਦ ਵਾਲਾ ਜੱਟ ਅਤੇ ਵਲੈਤ ਬੋਲ ਇਹ ਸੰਸਾਲ ਵਲੈਤ ਮੈਨੂੰ ਆਖਣ ਲੱਗਾ ਵੈਸੇ ਤੈਨੂੰ ਅਸਮਾਨ 'ਤੇ ਲੱਭਦੇ ਸਨ, ਤੁਸੀਂ ਜ਼ਮੀਨ 'ਤੇ ਲੱਭਦੇ ਜੀ। ਮੈਂ ਕਿਹਾ ਇਹ ਮੇਰੇ ਮਾਲਕ ਨੂੰ ਪਤਾ, ਆ ਜਾ ਮੈਂ ਕਿਹਾ ਬਾਹਰ ਚੱਲੀ। ਮੈਂ ਬੰਦੇ ਦੀ ਬਾਂਹ 'ਤੇ ਬੜੇ ਚਿੱਕਾ ਹੋ ਆਵੇ ਨਾ, ਪਰ ਮਾਲਕ ਉਹਦਾ ਆਖਣ ਲੱਗਿਆ ਜੀ ਆਉਂਦਾ ਜਾਂਦਾ ਰਹੇ ਬਈ ਸਾਲਸਾ ਨੂੰ ਆ ਕੇ ਆਪੇ ਜਾਣੋ ਸੰਜੇ ਕੁੱਤੇ ਲੜਨਗੇ ਲੜਨਗੇ ਆਪੇ ਫੈਸਲਾ ਕਰਨਗੇ। ਜ਼ਿੰਦਾਬਾਦ। ਅੱਲਾ ਪਾਕ ਦੀ ਮਿਹਰਬਾਨੀ, 11 ਮਿੰਟ ਕੁੱਤੇ ਮੇਰੇ ਠੋਕ ਕੇ ਬਣਾ ਦੇ ਠੀਕ। ਇਹ ਜਿਹੜਾ 9 ਲੱਖਾਂ ਕੁੱਤਾ ਸੀ ਨਾ ਜੀ, ਇਹ ਉਸ ਬਰੀਡ 'ਚੋਂ ਸੀ। ਕੁੱਤੀ ਮੈਂ ਸਵਾਈ ਸੀ ਲਿਆਕਤ ਸੁਖੇਰੇ ਵੀ ਇਹਨਾਂ। ਹਾਂਜੀ ਇਹਨਾਂ ਦਾ ਜਿਹੜਾ ਅੱਜ ਜਿਹੜੇ ਸਪਰੇ ਦੁਕਾਨ ਪਈ ਨੇ ਰੱਖੀ ਸੀ, ਕੁੱਤੀ ਸਵਾਈ ਅਸੀਂ ਇਹ ਛਾਕਾ ਮਿਲਿਆ। ਇਹਦੇ 'ਚੋਂ ਗੁੱਲਰੀ ਮੈਂ ਲੈ ਗਿਆ, ਗੁੱਲਰ ਇਹਨਾਂ ਨੂੰ ਮੈਂ ਕੁੱਲਾ ਕਰ, ਉਹ ਗੁੱਲਰੀ ਮੇਰੇ ਕੋਲ ਲੈ ਗਿਆ। ਰਿਆਜ਼ ਇੱਕ ਹਵਾਲਦਾਰ ਹੁੰਦਾ ਸੀ ਆਪਣੇ ਪਿਛਾਣੇ ਬਲੋਚ ਬੇਲੀ ਸੀ ਸਾਡਾ, ਉਹ ਆਖਣ ਲੱਗੇ ਯਾਰ ਗੁੱਲਰੀ ਮੈਂ ਉਹਦਾ ਭਾਈ ਸੀ ਉਹਦਾ। ਹਾਂਜੀ ਉਹ ਨਹੀਂ ਮਾਮਾ ਸੀ ਉਹਨਾਂ ਦਾ, ਮਾਮਾ ਸੀ ਉਹ ਲੈ ਗਿਆ ਗੁੱਲਰੀ ਮੇਰੇ ਕੋਲ। ਉਹਦੇ ਕੋਲ ਗੁੱਲਰੀ ਆਪੂ ਸਹੁਰੋਂ ਲੈ ਗਿਆ, ਕੁੱਤੀ ਬਣੀ ਜੀ ਮਾਸ਼ਾਅੱਲਾ ਵਾਜੀ। ਜਿਹੜੇ ਵੱਡੀ ਕੁੱਤੀ ਬਣੀ ਇਹਨਾਂ ਨੇ ਕੁੱਤਾ, ਮੈਨੂੰ ਆਖਣ ਲੱਗੇ ਕੁੱਤਾ ਕਿਹੜਾ ਮਿਲੀ ਹੈ? ਮੈਂ ਕਿਹਾ ਯਾਰ ਕੁੱਤਾ ਤੁਸੀਂ ਇੰਝ ਕਰੋ ਵੀ ਇਹਦੇ 'ਤੇ ਇੱਕ ਕੁੱਤਾ ਲੜਦਾ ਜ਼ਰੂਰ ਹੈ ਲੇਕਿਨ ਬਚ ਜਾਂਦਾ ਹੈ, ਲੇਕਿਨ 23 ਜਾਨਵਰ ਦੀ ਬਲੀ ਕਰਦਾ ਹੈ, ਉਹ ਮਿਲੋ। ਉਹਨਾਂ ਕਿਹਾ ਕੱਲ੍ਹ ਨੂੰ ਮਦ ਇਹਦੇ 'ਚੋਂ ਜੰਮੇ। ਮੈਂ ਕਿਹਾ ਇਨਸ਼ਾਅੱਲਾ ਇਹਦੇ 'ਚੋਂ ਜੰਮੇ ਨਹੀਂ ਕਰਦੇ, ਕਿਉਂਕਿ ਹਮੇਸ਼ਾ ਤੋਂ ਮਾਂ ਚੰਗੀ ਹੋਵੇ ਨਾ ਜੀ, ਕੁੱਤਾ ਜੇ ਮਰਜ਼ੀ ਫਿਰ ਤਾਂ ਕੋਈ ਟੈਨਸ਼ਨ ਨਹੀਂ। ਅੱਛਾ ਮਾਵਾਂ ਤਾਂ ਜਾਂਦੀ ਕਰ, ਅਸਲ ਗੱਲ ਮਾਂ ਲੜਾਉਂਦੀ। ਬੰਦੇ ਨਹੀਂ ਗੁਲਦੇ ਪੈਂਦੇ ਜਾਂ ਕੋਡੀ ਖੇਡਦੇ ਪੈਂਦੇ ਜਾਂ ਕੋਈ ਬੰਦਾ ਚੰਗਾ ਕੰਮ ਕਰਦੇ ਤਾਂ ਬੰਦੇ ਆਉਂਦੇ ਨੇ ਚੰਗੀ ਮਾਂ ਦਾ, ਉਹ ਤਾਂ ਪਿਓ ਦਾ ਨਾ ਘੱਟ ਆਉਂਦਾ, ਇਹ ਚੰਗੀ ਮਾਂ ਦਾ। ਉਹ ਜੀ ਕੁੱਤਾ ਫੇਰਦਾ ਸੀ ਸ਼ਰੀਫ ਹੋਣ ਕੋਲ ਸੀ ਵਾਗੇ ਰੰਗ ਦਾ, ਜਵੇਦ ਆ ਜਾਂਦਾ ਵੀ ਲੜਿਆ ਸੀ ਇੱਕ ਵਾਰ 43 ਦਾ ਸੀ ਨਹੀਂ ਆਏ ਨਾ ਥਲ ਨਾ ਤੇ ਦਾ ਸੀ ਜਵੇਦ ਨਾਲ ਲੜਿਆ ਸੀ ਬੈਠ ਖਬੇਰਾਂ ਵਾਲੇ। ਉਹ ਕੁੱਤਾ ਫੇਰਦਾ, ਇਹ 9 ਲੱਖਾਂ ਜੰਮ ਪਿਆ, ਇਹ ਗੁੱਲਰ ਜੰਮੇ 2-3, ਲੇਕਿਨ ਸਿਰੇ ਇੱਕ ਹੀ ਚੜਿਆ, ਸਿਰੇ ਇੱਕ ਹੀ ਚੜਿਆ। ਤਿੰਨ ਬੱਚੇ ਸਨ? ਹਾਂਜੀ ਤਿੰਨ ਬੱਚੇ, ਇੱਕ ਗੁੱਲਰੀ ਸੀ। ਹਾਂਜੀ ਜਦੋਂ ਇਹ ਜਨਾਬ ਇੱਕ ਸਿਰੇ ਚੜਿਆ, ਇਹ ਅਸੀਂ ਮੈਂ ਦਿੰਦੀ ਅਖਤਰ ਆਂਦੂ ਜਿਹੜੇ ਕੁੱਤਾ ਮਸਾਲਾ ਹੋ ਗਿਆ ਨਾ, ਅਸੀਂ ਇੱਕ ਬਿੰਦ ਤਾਂ ਪਾਈਏ, ਅਸੀਂ ਇਹਨੂੰ ਜਦ ਪਾਇਆ ਹਵੇਲੀ ਆਪਣਿਆਂ ਦੇ ਜਾਮਲਿਆਂ ਦੇ ਕੁੱਤੇ ਨਾਲ, ਉਹ ਵੀ ਕੁੱਤਾ ਸਾਂਭ ਸੀ ਜਾਮਲਿਆਂ ਵਾਲਾ ਵੀ,
ਲੇਕਿਨ ਇਹਨੇ ਉਹਨੂੰ ਕੱਖ ਨਾ ਕਰ ਦਿੱਤਾ। ਲੇਕਿਨ ਸਾਡਾ ਮੈਚ ਹੈਗਾ ਬਣਦੇ ਨੇ ਮੈਚਾਂ ਦੇ ਵਿੱਚ ਕੁੱਤਾ ਦੇ ਗਰੁੱਪ ਦਾ ਲੜਾਵਾਂਗੇ। ਉਹ ਲੜਨ ਤੋਂ ਪਹਿਲੇ ਹੀ ਨਾ ਜੀ ਪਾਰਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਮੈਚ ਇੱਥੇ ਜਦੋਂ ਨਾ ਤਪੜੀਆਂ ਕੀਤੀਆਂ ਨੇ ਮੈਚ ਵੱਡਾ ਨਹੀਂ ਮਿਲਿਆ ਇਹ ਪਾਰਟੀਆਂ ਲੱਗਣੀਆਂ। ਹਾਂਜੀ ਉਹ ਜਿਹੜੇ ਜਨਾਬ ਨਾਲ ਲੈ ਕੇ ਪਾਰਟੀਆਂ ਮੈਂ ਵੀ ਲੈ ਗਿਆ ਪਾਰਟੀ ਇੱਕ, ਮੈਂ ਕਿਹਾ ਯਾਰ ਕੁੱਤਾ ਆਪਣੇ ਗਰੁੱਪ 'ਚ ਰਹਿ ਜਾਏਗਾ ਤੁਸੀਂ ਵੇਚਣਾ ਹੀ ਨਾ। ਇਹਨਾਂ ਆ ਕੇ ਜੇ ਅਸੀਂ ਕੁੱਤਾ ਵੇਚਾਂਗੇ ਸਾਡੀਆਂ ਲੋਕ ਦੀਆਂ ਪਾਉਣਗੇ। ਮੈਂ ਕਿਹਾ ਚਲੋ ਠੀਕ ਹੈ ਬੜੀ ਬੜੀ ਅੱਛੀ ਗੱਲ ਨਹੀਂ ਵੇਚਦੇ। ਉਹ ਇੱਕ ਮਤਲਬ ਕਸ਼ਮੀਰੀਆ ਸੀ ਕਿ ਪਿੰਡੀ ਦਾ ਸੀ ਚੋਰ ਜਿਹਾ ਸੀ, ਉਹਨੂੰ ਇਹਨਾਂ ਨੇ ਛੇੜਿਆ ਛੂੜਿਆ ਵੀ ਤੂੰ ਕੁੱਤਾ ਤੇਰੀ ਲੈਣ ਦੀ ਪਾਵਰ ਹੀ ਨਹੀਂ ਗੀ। ਉਹ ਜਿਹੜੇ ਇੰਨੀ ਗੱਲ ਕੀਤੀ ਅਤੇ ਉਹ ਬੁਖਲਾ ਗਿਆ, ਉਹਨੇ ਜਾ ਕੇ ਗੱਡੀ ਸੇਲ 'ਤੇ ਕੀਤੀ ਸਾਹਿਬਾ। ਅੱਛਾ ਇਹਨਾਂ ਨੇ ਮੰਗਿਆ 10 ਲੱਖ ਕੋਕਰ ਨਾਲ ਸੀ ਬਿਸਮਿਲ੍ਲਾ। ਲਓ ਜੀ ਚਾਹ ਵੀ ਆ ਗਈਆਂ ਨੇ ਮਾਸ਼ਾਅੱਲਾ। ਹਾਂਜੀ ਦੋਸਤੋ ਸਾਡੇ ਨਾਲ ਤੁਸੀਂ ਵੀ ਆ ਚਾਹ ਪੀਓ, ਭਾਈ ਦੀਆਂ ਮੁਹੱਬਤਾਂ ਨੇ ਜੀ। ਉਹ ਜੀ ਜਿਹੜੇ 9,60,000 ਦਾ ਕੁੱਤਾ ਲੈ ਗਏ। 9,60,000 ਦਾ ਲਿਖਿਆ? 9,60,000 ਦਾ ਲਿਖਿਆ। ਅੱਛਾ 60 ਮੁੜੋ ਨੇ ਰੱਖ ਲਿਆ ਸੀ ਕੋਕਰ ਨੇ। ਬਿਲਕੁਲ ਉਹਨਾਂ ਨੇ ਐਵੇਂ ਦੱਸਿਆ ਛੋਟੀ ਜਿਹੀ ਗਲੋਰੀ ਲੈ ਗਏ ਉੱਥੇ ਤਿਆਰ ਕੀਤੀ ਜਵਾਨ ਹੋਈ ਮਾਸ਼ਾਅੱਲਾ। ਉਸ ਤੋਂ ਬਾਅਦ ਮੇਰੇ ਸੀ ਕੁੱਤਾ ਕਰਾਸ ਕਰਾਇਆ ਤੇਰਾ ਹੀ ਦੱਸਿਆ ਉਹਨਾਂ ਨੇ। ਤੇਰਾ ਕੁੱਤਾ ਜਿਹੜਾ ਛਾਕਾ ਸੀ ਉਹ ਵੀ ਮੈਂ ਦੇਖਿਆ ਸੀ ਉੱਥੇ। ਉਹ ਕਿਹੜਾ 9,00,000 ਲਿਖਿਆ ਹੈ ਉਹਦਾ ਹੋਰ ਕੋਈ ਉਹਨੇ ਹੈਗੇ ਨੇ ਲੇਕਿਨ ਉਹਨੇ ਨਹੀਂ ਲੜੇ। ਅੱਛਾ ਜਿਵੇਂ ਉਹ ਜਾਨਵਰ ਬੜੇ ਵੱਡੇ ਬਣੇ ਲੇਕਿਨ ਲੜੇ ਨਹੀਂ। ਛੋਟੀ ਉਮਰ ਚ ਬੜਾ ਵੱਡਾ ਚੀਨੀ ਦਾ ਗਾਈ ਦਾ ਤੇ ਉਹ ਨਾਲ ਕੁੱਤੇ ਛੁੱਤੇ ਵੀ ਰੱਖੇ ਨੇ ਵੇਚਦਾ ਗੁੱਲਰ ਗੱਲ ਬਣਾ ਕੇ ਲਾਗੇ ਕੁੱਤੇ ਰੱਖੇ ਨੇ ਕੁੱਤੀਆਂ ਰੱਖੇ ਲੱਭਣੀ। ਇਹਦਾ ਕੀ ਨਾਮ ਹੈ ਜੀ? ਟਾਈਗਰ ਨਾਮ ਹੈ ਦੋਸਤੋ। ਬਹੁਤ ਹੀ ਜ਼ਬਰਦਸਤ ਸਟੋਕ ਹੈ ਜੀ। ਮਾਰ ਹੋ ਗਈ ਸ਼ਹੀਦ ਨੂੰ।
ਮੈਚ ਲੜਦਾ ਤਪਨੀਆਂ ਤੋਂ ਇਲਾਵਾ ਇਹਨਾਂ ਨੇ ਮੈਚ ਚ ਤਪਾਣਾ ਲੋਕਲ ਮੈਚ ਸੀ ਉਹ ਅੱਛਾ ਹਾਂ ਸਹੀ ਇਨਸ਼ਾਅੱਲਾ ਮੈਚ ਵੱਡੇ ਪਾਵਾਂਗੇ ਤੋ ਲੋਕਲ ਮੈਚ ਤੇ ਕਿਵੇਂ ਦਾ ਤਪਿਆ ਸੀ ਹਾਂਜੀ ਲੋਕਲ ਮੈਚ ਤੇ ਜੋ ਤਪਾਇਆ ਸੀ ਕਿਵੇਂ ਦਾ ਤਪਿਆ ਸੀ ਲੜਿਆ ਸੀ ਬਹੁਤ ਸੋਹਣਾ ਕੀ ਬਾਤ ਅੱਛਾ ਬਲਕਿ ਵੱਧ ਗਿਆ ਸੀ ਅੱਛਾ ਜੀ ਸਹੀ ਬਲਕਿ ਵੱਧ ਗਿਆ ਸੀ ਜ਼ਬਰਦਸਤ ਸੀ ਤਪਨੀ ਕਰਾਉਣੀ ਤਾਂ ਵਾਸਤੇ ਕਾਲਾ ਪਿਆ ਖੜਾਈ ਦੂਸਰੇ ਦੋਸਤ ਗੁੱਲਰ ਦੂਰ ਨੇ ਤੇ ਇਹ ਤੁਹਾਨੂੰ ਘਰ ਨੇੜੇ ਸੀ ਇਹ ਵਿਖਾਈ ਜਾਂਦੇ ਚੈੱਕ ਕਰਾਈ ਜਾਂਦੇ ਇਹਦਾ ਪਿਛਲ ਜਦੋਂ ਤੁਹਾਡਾ ਆਏਗਾ ਨਾ ਇਨਸ਼ਾਅੱਲਾ ਬਣ ਜਾਣਾ ਇੱਥੇ ਵਿਖਾ ਦੇਣਗੇ ਲਾ ਦੋ ਠੀਕ ਠੀਕ ਹੁਣ ਦੁਬਾਰਾ ਫਿਰ ਸ਼ੌਕ ਬਹਾਲ ਕਰਦੇ ਪਏ ਜੀ ਕਿ ਸ਼ੌਕ ਖਤੇ ਨਹੀਂ ਸੀ ਜੀ ਇਨਸ਼ਾਅੱਲਾ ਅਗਲੇ ਸਾਲ ਗਰੁੱਪ ਦਾ ਐਲਾਨ ਕਰਾਂਗੇ ਅੱਛਾ ਜੀ ਅੱਲਾਹ ਦੇ ਠੀਕ ਪੁਰਾਣੇ ਕੁੱਤੇ ਜਿਹੜੇ ਹੁੰਦੇ ਸਨ ਨਾ ਜੀ ਇੱਥੇ ਆ ਛੱਬੀ ਵਾਲੇ ਇਸ ਕਰਦੀ ਲਾਟੂ ਦਾ ਇਸੇ ਕਲਰ ਚ ਕਲਰ ਇਹ ਕੋਈ ਕਲਰ ਸੀ ਲਾਟੂ ਦਾ ਨਾਂ ਲਿਖਦਾ ਸੀ ਜੋਸ਼ ਆਈ ਜਾਂਦਾ ਕੁੱਤੇ ਨੂੰ ਨਾ ਤੇ ਦੇਖਦਾ ਵੀ ਕਿਹੜੇ ਪਾਸੋਂ ਕੋਈ ਜਾਨਵਰ ਆਉਂਦਾ ਗਿਆ ਦੋਸਤੋ ਅੱਜ ਦੀ ਵੀਡੀਓ ਦਾ ਐਂਡ ਕਰਨਾ ਤੇ ਮਿਲਣਾ ਕਿਸੇ ਨੈਕਸਟ ਨਵੇਂ ਵਲੌਗ ਨਾਲ ਦਾਦਾ ਬਹੁਤ ਸਾਰਾ ਖਿਆਲ ਰੱਖਿਆ ਜੋ ਦੁਆਵਾਂ 'ਚ ਯਾਦ ਰੱਖਿਆ ਜੋ ਬਹੁਤ ਸਾਰਾ ਪਿਆਰ ਅੱਲਾ ਹਾਫਿਜ਼।